जो मेरा प्रीतम दसे तिस कै हों वारियां, उस तो मैं वारने जावा। जेड़ी भैन जेड़ी सत्संगन सहेली मेरे प्रीतम दी गल दसे, भाव ओहदे गुणा तो जाणू करावे, तिस कै हों वारियां। सचमुच गुरसिखां दे अंदर इह स्पिरट वेखण विच आम मिलदी सी। दसरे नूं बहुत छोटी उम्र तों गुरबाणी दी विचार प्रचार करन दी गुरु ने सेवा बख्शी। मैं इक इक दा जिक्र ते नहीं कर सकदा, पर लुधियाणे दीआं संगतां पाणीपत दीआं संगतां विच मैं देखिआ, जदों जदों किधरे जाण दा मौका मिलना, उहनां ने अपने घर बहाना ते लंगर पाणी दा हुंदा सी, पर नहीं, अपने सारे संबंधियों नूं रिश्तेदारां नूं मित्रां नूं इकट्ठियां कर लिया। ਉਹ ਲੰਗਰ ਦਾ ਬਹਾਨਾ ਸੀ ਪਰ ਭਾਵ ਸਤਸੰਗਤ ਕਰਨ ਦਾ ਸੀ। ਫਿਰ ਹਰ ਇੱਕ ਨੇ ਗੁਰਬਾਣੀ ਦਾ ਪਾਠ ਸੁਣਾਉਣਾ, ਗੁਰਬਾਣੀ ਦੀ ਵਿਚਾਰ ਕਰਨੀ, ਇਹੋ ਹੀ ਤਰੀਕਾ ਸੀ ਪਰਮੇਸ਼ੁਰ ਦੇ ਗੁਣਾਂ ਦੇ ਗਾਇਨ ਕਰਨ। ਇਹ ਗੁਰੂ ਰਾਮਦਾਸ ਜੀ ਦੀ ਕਿਰਪਾ ਸੀ, ਉਹਨਾਂ ਦੇ ਪਾਏ ਹੋਏ ਪੂਰਨੇ ਹਨ, ਪਰ ਅੱਜ ਅਸੀਂ ਹੋਰ ਹੋਰ ਕੰਮਾਂ ਵਿੱਚ ਲੱਗ ਜਾਂਦੇ ਹਾਂ ਅਤੇ ਜਿਹੜਾ ਕੰਮ ਕਰਨ ਯੋਗ ਹੈ ਉਹ ਨਹੀਂ ਕਰਦੇ। ਇਸ ਪਾਵਨ ਸ਼ਬਦ ਵਿੱਚ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ, ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ, ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹੋ ਵਾਰੀਆਂ। ਮਿਲ ਸਤ ਸੰਗਤ ਲੱਦਾ ਹਰ ਸੱਜਣ, ਹਉ ਸਤਿਗੁਰ ਵਿੱਚੋਂ ਕਮਾਈਆਂ ਜੀਓ। ਆਖਿਆ ਸਤਸੰਗਤ ਵਿੱਚ ਮਿਲ ਕੇ ਲੱਦਾ ਲੱਭਿਆ ਜਾਣਿਆ ਹਰੀ ਸੱਜਣ, ਭਾਵ ਉਸਦੇ ਗੁਣਾਂ ਦਾ ਮੈਨੂੰ ਪਤਾ ਲੱਗਾ, ਉਹਦੀਆਂ ਸਿਫਤਾਂ ਦਾ ਮੈਨੂੰ ਪਤਾ ਲੱਗਾ, ਉਹਦੇ ਨਾਲ ਜੁੜਨ ਦਾ ਮੈਨੂੰ ਪਤਾ ਲੱਗਾ। ਮਿਲ ਸਤਸੰਗਤ ਲੱਦਾ ਹਰ ਸੱਜਣ, ਹਉ ਸਤਿਗੁਰ ਵਿੱਚੋਂ ਕਮਾਈਆਂ ਜੀਓ। ਇਸ ਲਈ ਮੈਂ ਆਪਣੇ ਸਤਿਗੁਰੂ ਤੋਂ, ਵਿੱਚੋਂ ਦਾ ਭਾਵ ਹੈ ਤੋਂ, ਕਮਾਈਆਂ ਜੀਓ, ਕੋਲ ਕਮਾਈ ਵਾਰਨੇ ਜਾਂਦੀ ਹਾਂ, ਕਿਉਂਕਿ ਜਾਂ ਸਤਿਗੁਰ ਤਾਂ ਸਤ ਸੰਗਤ ਬਣਾਈ। ਜਿੱਥੇ ਸਤਿਗੁਰੂ ਦਾ ਦਰ ਹੈ ਉੱਥੇ ਹਮੇਸ਼ਾ ਸਤਸੰਗਤ ਹੁੰਦੀ, ਕਿਉਂਕਿ ਉਹ ਜਗ੍ਹਾ ਨਿਸ਼ਚਿਤ ਹੀ ਕੀਤੀ ਗਈ ਹੈ ਕਿ ਇੱਥੇ ਸਤਸੰਗ ਤੋਂ ਬਿਨਾਂ ਹੋਰ ਕਿਸੇ ਨੂੰ ਕੋਈ ਗੱਲ ਕਰਨ ਦੀ ਆਗਿਆ ਹੀ ਨਹੀਂ। ਮਿਲ ਸਤਸੰਗਤ ਲੱਦਾ ਹਰ ਸੱਜਣ, ਹਉ ਸਤਿਗੁਰ ਵਿੱਚੋਂ ਕਮਾਈਆਂ ਜੀਓ। ਫਿਰ ਜਿਨ੍ਹਾਂ ਨੂੰ ਉਸ ਗੁਰੂ ਦੀ ਕਿਰਪਾ ਦੇ ਨਾਲ ਸਤ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਗੁਣਾਂ ਦਾ ਪਤਾ ਲੱਗ ਜਾਂਦਾ, ਅਤੇ ਗੁਰੂ ਸਾਹਿਬ ਤੇ ਕਹਿੰਦੇ ਹਨ ਭਾਈ ਪਰਮਾਤਮਾ ਇੱਕ ਹੈ, ਪਰਮਾਤਮਾ ਸਰਵ ਸ਼ਕਤੀਵਾਨ ਹੈ, ਪਰਮਾਤਮਾ ਸਰਵ ਵਿਆਪਕ ਹੈ, ਕਦੇ ਇੱਕ ਓਅੰਕਾਰ ਦੇ ਅਰਥ ਸਮਝ ਲਈਏ। ਅਤੇ ਗੁਰੂ ਨਾਨਕ ਪਾਤਸ਼ਾਹ ਨੇ ਇਹੋ ਕੁਝ ਹੀ ਸਮਝਾਇਆ ਕਿ ਪਰਮਾਤਮਾ ਇੱਕ ਹੈ, ਉਹ ਸਰਵ ਸ਼ਕਤੀਵਾਨ ਹੈ, ਉਹੋ ਹੀ ਪੈਦਾ ਕਰਦਾ, ਉਹੋ ਹੀ ਪਾਲਦਾ, ਉਹੋ ਹੀ ਮਾਰਦਾ, ਔਰ ਉਹ ਇੱਕ ਹੀ ਸਰਵ ਵਿਆਪਕ ਹੈ। ਕਹਿੰਦੇ ਇਹ ਮੈਨੂੰ ਗੁਰੂ ਦੀ ਕਿਰਪਾ ਦੇ ਨਾਲ ਸੋਝੀ ਮਿਲੀ ਹੈ। ਮਿਲ ਸਤ ਸੰਗਤ ਲੱਦਾ ਹਰ ਸੱਜਣ, ਹਉ ਸਤਿਗੁਰ ਵਿੱਚੋਂ ਕਮਾਈਆਂ ਜੀਓ। ਇਸ ਲਈ ਮੈਂ ਆਪਣੇ ਸਤਿਗੁਰੂ ਤੋਂ ਕੋਲ ਕਮਾਈ ਜਾਂਦੀ। ਗੁਰੂ ਦੀ ਸੰਗਤ ਵਿੱਚ ਜਾਣ, ਗੁਰੂ ਕੇ ਉਪਦੇਸ਼ ਨੂੰ ਸੁਣਨ ਅਤੇ ਮੰਨਣ ਦੇ ਨਾਲ ਹੁਣ ਮੈਨੂੰ ਕੀ ਸੋਝੀ ਪ੍ਰਾਪਤ ਹੋਈ ਹੈ। ਜਾਂ ਜਾਂ ਦੇਖਾ ਤਾਂ ਤਾਂ ਸੁਆਮੀ, ਇਹਨੂੰ ਆਮ ਪ੍ਰੇਮੀ ਜੈਂ ਜੈਂ ਬੋਲਦੇ ਨੇ, ਪਰ ਮੈਂ ਹਮੇਸ਼ਾ ਬੇਨਤੀ ਕਰਦਾ, ਗੁਰਬਾਣੀ ਵਿੱਚ ਜੇ ਵੀ ਆਉਂਦਾ, ਗੁਰਬਾਣੀ ਵਿੱਚ ਜੈਂ ਵੀ ਆਉਂਦਾ ਅਤੇ ਗੁਰਬਾਣੀ ਵਿੱਚ ਜਾਂ ਵੀ ਆਉਂਦਾ, ਪਰ ਪਤਾ ਨਹੀਂ ਕਦੋਂ ਅਤੇ ਕਿਵੇਂ ਪਰਪੱਕ ਹੋ ਗਿਆ। ਪਰ ਮੈਂ ਕਦੇ ਅੜਦਾ ਲੜਦਾ ਨਹੀਂ, ਮੇਰਾ ਭਾਵ ਹੈ ਸਮਝਾਉਣਾ ਅਤੇ ਦੱਸਣਾ। ਜੇ ਅਸੀਂ ਮੰਨ ਲਈਏ ਤਾਂ ਠੀਕ ਹੈ, ਜੇ ਫਿਰ ਵੀ ਕੋਈ ਜੈਂ ਜੈਂ ਬੋਲਦਾ ਤਾਂ ਮੁਬਾਰਕ, ਪਰ ਇਹ ਦੋਵੇਂ ਅੱਖਰ ਮੁਕਤੇ ਹਨ, ਕਿਸੇ ਅੱਖਰ ਨੂੰ ਕੋਈ ਮਾਤਰਾ ਨਹੀਂ ਲੱਗੀ ਹੋਈ। ਹਾਂ, ਜੇ ਜੱਜਾ ਹਾਹੇ ਨੂੰ ਕੰਨਾ ਹੋਵੇ
ਫਿਰ ਕੀ ਬੋਲਾਂਗੇ, ਜਹਾਂ ਕਹਾਂ ਤਹਾਂ। ਇੱਥੇ ਸਿਰਫ ਕੰਨਾ ਹਟਿਆ, ਬਾਕੀ ਰਹਿ ਗਿਆ ਜਾਂ ਜਾਂ ਦੇਖਾਂ। ਹੁਣ ਮੈਂ ਜਿੱਧਰ ਵੀ ਦੇਖਦਾ ਹਾਂ ਤਾਂ ਤਾਂ ਸਵਾਮੀ, ਉੱਥੇ ਉੱਥੇ ਮੈਨੂੰ ਉਹ ਸਵਾਮੀ ਮਾਲਕ ਵਾਹਿਗੁਰੂ ਵਰਤਦਾ ਨਜ਼ਰ ਆਉਂਦਾ। ਤੂੰ ਘੱਟ ਘੱਟ ਰਵਿਆ ਅੰਤਰ ਜਾਮੀ। ਹੇ ਅਕਾਲ ਪੁਰਖ ਜੀ, ਮੈਨੂੰ ਹੁਣ ਸੰਗਤ ਵਿੱਚ ਆਉਣ ਕਰਕੇ ਇਹ ਸਮਝ ਆਈ ਹੈ, ਤੂੰ ਘੱਟ ਘੱਟ ਰਵਿਆ ਅੰਤਰ ਜਾਮੀ, ਤੂੰ ਹਰ ਘੱਟ ਦੇ ਅੰਦਰ ਵਿਆਪਕ ਹੈ। ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹਿੋ ਪੁਕਾਰ। ਸੰਤਾਂ ਨੇ ਗੁਰਮੁਖਾਂ ਨੇ ਇਹ ਸਮਝਾਇਆ ਕਿ ਉਹ ਮੇਰਾ ਵਾਹਿਗੁਰੂ ਹਰ ਘੱਟ ਘੱਟ ਵਿੱਚ ਮੌਜੂਦ ਹੈ। ਸੰਤੋ ਘੱਟ ਘੱਟ ਰਿਹਾ ਸਮਾਹਿਓ, ਪੂਰਨ ਪੂਰ ਰਹਿਓ ਸਰਬਮੈ, ਜਲ ਥਲ ਰਮਈਆ ਆਹਿਓ। ਹੁਣ ਬਹੁਤ ਸਾਰੇ ਅਣਜਾਣ ਕਹੋ, ਥੋੜ੍ਹੀ ਬੁੱਧੀ ਵਾਲੇ ਕਹੋ, ਜਾਂ ਜਿਨ੍ਹਾਂ ਨੂੰ ਕਿੰਤੂ ਪਰੰਤੂ ਕਰਨ ਦੀ ਆਦਤ ਹੈ, ਉਹ ਕਹਿੰਦੇ ਜੀ ਪਰਮਾਤਮਾ ਇੱਕ, ਸਾਰਿਆਂ ਵਿੱਚ ਕਿਵੇਂ ਵਿਆਪਕ ਹੋ? ਫਿਰ ਮਹਾਰਾਜ ਉਸਦਾ ਜਵਾਬ ਦਿੰਦੇ, ਸੰਤੋ ਘੱਟ ਘੱਟ ਰਿਹਾ ਸਮਾਹਿਓ, ਪੂਰਨ ਪੂਰ ਰਹਿੋ ਸਰਬ ਮੈਂ, ਜਲ ਥਲ ਰਮਈਆ ਆਹਿਓ। ਫਿਰ ਦਲੀਲ ਨਾਲ ਸਮਝਾਉਂਦੇ, ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋ ਸਮਾਣੀ, ਘੱਟ ਘੱਟ ਮਾਧੋ ਜੀਆ। ਆਖਿਆ ਜਿਵੇਂ ਸਾਰੀ ਬਨਸਪਤੀ ਵਿੱਚ ਅੱਗ ਮੌਜੂਦ ਹੈ, ਜਿਵੇਂ ਹਰ ਦੁੱਧ ਵਿੱਚ ਘਿਓ ਮੌਜੂਦ ਹੈ, ਇਸੇ ਤਰ੍ਹਾਂ ਉਹ ਮੇਰਾ ਵਾਹਿਗੁਰੂ ਵੀ ਸਭ ਜਗ੍ਹਾ 'ਤੇ ਮੌਜੂਦ ਹੈ। ਜਾਂ ਜਾਂ ਦੇਖਾਂ ਤਾਂ ਤਾਂ ਸੁਆਮੀ, ਤੂੰ ਘੱਟ ਘੱਟ ਰਵਿਆ ਅੰਤਰ ਜਾਮੀ। ਗੁਰਪੁਰੈ ਹਰ ਨਾਲ ਦਿਖਾਲਿਆ, ਹਉ ਸਤਿਗੁਰ ਵਿੱਟੋਂ ਸਦ ਵਾਰਿਆ ਜੀਓ। ਹੁਣ ਦੇਖੋ ਇੱਥੇ ਗੁਰ ਦੇ ਰਾਰੇ ਨੂੰ ਸਿਹਾਰੀ ਹੈ, ਜਿਹਦਾ ਮਤਲਬ ਹੈ ਗੁਰੂ ਪੂਰੇ ਨੇ ਮੇਰੇ 'ਤੇ ਕਿਰਪਾ ਕੀਤੀ, ਮੈਨੂੰ ਸੋਝੀ ਕਰਾਈ ਕਿ ਜਿਹੜਾ ਹਰੀ ਸਭ ਜਗ੍ਹਾ 'ਤੇ ਵਿਆਪਕ ਹੈ ਉਹ ਤੇਰੇ ਨਾਲ ਵੀ ਹੈ। ਪੜ੍ਹੋ ਕਦੇ ਬਾਣੀ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਪੋਹ ਪਮਦ ਜੋ ਬਾਸ ਬਸ ਹੈ, ਮੁਕਰ ਮਾਹੇ ਜੈ ਤੈ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਗੁਰਪੂਰੈ ਹਰ ਨਾਲ ਦਿਖਾਲਿਆ, ਹਉ ਸਤਿਗੁਰ ਵਿੱਟੋਂ ਸਦ ਵਾਰਿਆ ਜੀਓ। ਇਸ ਲਈ ਮੈਂ ਸਤਿਗੁਰੂ ਤੋਂ ਵਾਰ ਨਹੀਂ ਜਾਂਦਾ, ਜਿਨ੍ਹਾਂ ਨੇ ਮੇਰੀ ਅਗਿਆਨਤਾ ਦਾ ਪਰਦਾ ਦੂਰ ਕਰ ਦਿੱਤਾ ਔਰ ਮੈਨੂੰ ਇਹ ਗਿਆਨ ਦਿੱਤਾ ਹੈ ਕਿ ਸਭ ਜਗ੍ਹਾ 'ਤੇ ਪਰਮਾਤਮਾ ਇੱਕ ਰਸ ਵਰਤ ਰਿਹਾ। ਗੁਰੂ ਅਰਜਨ ਦੇਵ ਪਾਤਸ਼ਾਹ ਆਪ ਫਰਮਾਉਂਦੇ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣੇ ਆਈ। ਗੁਰਪੂਰੈ ਹਰ ਨਾਲ ਦਿਖਾਲਿਆ, ਹਉ ਸਤਿਗੁਰ ਵਿੱਟੋਂ ਸਦ ਵਾਰਿਆ ਜੀਓ। ਅਤੇ ਜਦੋਂ ਗੁਰੂ ਕਿਰਪਾ ਕੀਤੀ, ਗੁਰੂਪੁਰੇ ਨੇ ਮੈਨੂੰ ਮੇਰੇ ਨਾਲ ਵਿਖਾਤਾ, ਹੁਣ ਮੈਨੂੰ ਸਮਝ ਆਈ। ਇਸੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ ਹੈ। ਤੇ ਗੱਲ ਅੰਧੇਰੇ 'ਤੇ ਚਾਨਣ ਦੀ, ਜਦੋਂ ਤੀਕਰ ਅੰਧੇਰਾ ਸੀ, ਕੁਝ ਪਤਾ ਨਹੀਂ ਸੀ, ਜਦੋਂ ਗੁਰੂ ਦੀ ਕਿਰਪਾ ਨਾਲ ਚਾਨਣ ਹੋ ਗਿਆ, ਅਗਿਆਨਤਾ ਦਾ ਅੰਧੇਰਾ ਦੂਰ ਹੋ ਗਿਆ, ਹੁਣ ਮੈਨੂੰ ਸਮਝ ਆ ਗਈ। ਏਕੋ ਪਵਣ ਮਾਟੀ ਸਭ ਏਕਾ ਜੋ ਸਭਾਈਆ, ਬਈ ਸਾਰੇ ਸਰੀਰ ਇੱਕ ਮਿੱਟੀ ਤੋਂ ਬਣੇ ਹਨ, ਸਾਰਿਆਂ ਦੇ ਅੰਦਰ ਇੱਕੋ ਪਵਨ ਸਵਾਸ ਚੱਲ ਰਹੇ ਨੇ ਔਰ ਸਭ ਦੇ ਅੰਦਰ ਇੱਕ ਪਰਮਾਤਮਾ ਦੀ ਜੋਤ ਵਰਤ ਰਹੀ। ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਕਿਰਪਾ ਨਾਲ ਸਮਝ ਆ ਜਾਂਦੀ, ਉਹ ਫਿਰ ਦੂਜਿਆਂ ਨੂੰ ਵੀ ਸਮਝਾਉਂਦੇ ਨੇ। ਲੋਕਾਂ
ਭਰਮ ਨ ਭੁੱਲੋ ਪਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਭ ਠਾਈ, ਮਾਟੀ ਏਕ ਅਨੇਕ ਬਹੰਤ ਕਰ, ਸਾਜੀ ਸਾਜਨ ਹਾਰੇ, ਨਾ ਕਜ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁਮਾਰੇ। ਆਖਿਆ ਗੁਰਪੂਰੇ ਹਰ ਨਾਲ ਦਿਖਾਲਿਆ, ਹਉ ਸਤਿਗੁਰ ਵਿੱਟੋਂ ਸਦ ਵਾਰਿਆ ਜੀਉ। ਜਦੋਂ ਗੁਰੂ ਨੇ ਕਿਰਪਾ ਕੀਤੀ, ਗਿਆਨ ਅੰਜਨ ਦਿੱਤਾ, ਹੁਣ ਏਕੋ ਪਵਣ ਮਾਟੀ ਸਭ ਏਕਾ, ਸਭ ਏਕਾ ਜੋਤ ਸਭਾਈਆ। ਹੁਣ ਮੈਨੂੰ ਸਮਝ ਆਈ ਬਈ ਪਵਣ ਵੀ ਇੱਕੋ ਹੈ, ਮਿੱਟੀ ਵੀ ਇੱਕੋ ਹੈ, ਅਤੇ ਸਾਰੇ ਪ੍ਰਾਣੀਆਂ ਦੇ ਅੰਦਰ ਇੱਕੋ ਹੀ ਜੋਤ ਕੰਮ ਕਰ ਰਹੀ। ਸਾਧ ਸੰਗਤ, ਇਹ ਜਿਹੜਾ ਗੁਰੂ ਘਰ ਦਾ ਅਸੂਲ ਹੈ ਕਿ ਪਹਿਲੇ ਪੰਗਤ ਪਾਛੇ ਸੰਗਤ, ਇਹਨੂੰ ਸਮਝਣ ਦਾ ਯਤਨ ਕਰੀ। ਕਿਉਂਕਿ ਲੋਕ ਵਿਤਕਰੇ ਕਰਦੇ ਸਨ, ਲੋਕਾਂ ਨੇ ਦੀਵਾਰਾਂ ਖਿੱਚੀਆਂ ਹੋਈਆਂ ਸਨ, ਇਹ ਨਹੀਂ ਸਾਡੇ ਖੂਹ 'ਤੇ ਚੜ੍ਹ ਸਕਦਾ, ਇਹ ਨਹੀਂ ਸਾਡੇ ਨਾਲ ਬਹਿ ਸਕਦਾ। ਪਰ ਗੁਰੂ ਪਾਤਸ਼ਾਹ ਜੀ ਨੇ ਇਸੇ ਸਿਧਾਂਤ ਦੇ ਅਨੁਸਾਰ ਸਾਨੂੰ ਇੱਕ ਪੰਗਤ ਵਿੱਚ, ਇੱਕ ਸੰਗਤ ਵਿੱਚ ਬਿਠਾਇਆ, ਕਿਉਂਕਿ ਸਭ ਵਿੱਚ ਇੱਕੋ ਜੋਤ ਹੈ। ਫਿਰ ਕਿਉਂ ਕਿਸੇ ਨਾਲ ਵਿਤਕਰਾ ਕੀਤਾ ਜਾਏ, ਫਿਰ ਕਿਉਂ ਕਿਸੇ ਨੂੰ ਨਫ਼ਰਤ ਕੀਤੀ ਜਾਏ? ਤਾਂ ਇਹ ਗੱਲਾਂ ਕਦੋਂ ਸਮਝ ਆਉਂਦੀਆਂ ਨੇ? ਜਦੋਂ ਗੁਰੂ ਦੀ ਕਿਰਪਾ ਹੋ ਜਾਏ, ਜਦੋਂ ਗੁਰੂ ਦਾ ਗਿਆਨ ਹਿਰਦੇ ਵਿੱਚ ਵਸ ਜਾਏ, ਫਿਰ ਇਹ ਅਵਸਥਾ ਬਣਦੀ ਹੈ। ਏਕੋ ਪਵਨ ਮਾਟੀ ਸਭ ਏਕਾ, ਸਭ ਏਕਾ ਜੋਤ ਸਭਾਈਆ, ਸਭ ਏਕਾ ਜੋਤ ਵਰਤੈ ਭਿੰਨ ਭਿੰਨ, ਨਾ ਰਲਈ ਕਿਸੇ ਦੀ ਰਲਾਈਆ। ਜੋਤ ਇੱਕੋ ਹੀ ਹੈ। ਜਿਸ ਵਿੱਚ ਵੀ ਵੇਖੋ, ਗੁਰੂ ਨਾਨਕ ਪਾਤਸ਼ਾਹ ਦਾ ਇੱਕ ਬਚਨ ਯਾਦ ਆਇਆ, ਏਕ ਰੂਪ ਸਗਲੋ ਪਾ ਸਾਰਾ, ਆਪੇ ਵਣਜ ਆਪ ਵਿਵਹਾਰਾ, ਅਨਕ ਰੂਪ ਨਿਰਗੁਣੇ ਕਰੰਗਾ, ਆਪੇ ਜਲ ਆਪ ਹੀ ਤਰੰਗਾ, ਆਪ ਹੀ ਮੰਦਰ ਆਪ ਹੀ ਦੇਵਾ, ਆਪ ਪੁਜਾਰੀ ਆਪੇ ਸੇਵਾ, ਆਪੇ ਜੋਗ ਆਪ ਹੀ ਜੁਗਤਾ, ਨਾਨਕ ਕੇ ਪ੍ਰਭ ਸਦ ਹੀ ਮੁਕਤਾ। ਸਭ ਇੱਕਾ ਜੋਤ ਵਰਤੈ ਭਿੰਨ ਭਿੰਨ, ਜੋਤ ਇੱਕੋ ਹੀ ਹੈ ਪਰ ਸਭ ਦੇ ਅੰਦਰ ਭਿੰਨ ਭਿੰਨ ਵੱਖਰੀ ਵੱਖਰੀ ਰੂਪ ਵਿੱਚ ਵਰਤ ਰਿਹਾ, ਭਾਵ ਕਿਸੇ ਥਾਂ ਕਿਸੇ ਰੂਪ ਵਿੱਚ, ਕਿਸੇ ਥਾਂ ਕਿਸੇ ਰੂਪ। ਤਾਂ ਹੀ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਸੀ, ਆਖਿਆ ਹੇ ਮੇਰੇ ਅਕਾਲ ਪੁਰਖ ਜੀ, ਮੈਂ ਤੇਰੀ ਕਿੱਥੇ ਕਿੱਥੇ ਆਰਤੀ ਕਰਾਂ। ਸਾਹਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਾਹਸ ਮੂਰਤ ਨਨਾ ਏਕ ਤੋਹੀ, ਸਾਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਾਹਸ ਤਵ ਗੰਧ ਇਵ ਚਲਤ ਮੋਈ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਹੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਮੈਂ ਇਸ ਤਰ੍ਹਾਂ ਕਰਕੇ ਗੁਰੂ ਤੋਂ ਕੁਰਬਾਨ ਜਾਂਦਾ, ਜਿਸ ਗੁਰੂ ਨੇ ਮੈਨੂੰ ਇਹ ਸੋਝੀ ਦਿੱਤੀ। ਗੁਰਪੂਰੈ ਹਰ ਨਾਲ ਦਿਖਾਲਿਆ, ਹਉ ਸਤਿਗੁਰ ਵਿੱਟੋਂ ਸਦ ਵਾਰਿਆ ਜੀਉ। ਹੁਣ ਮੈਨੂੰ ਸਮਝ ਆ ਗਈ, ਏਕੋ ਪਵਣ ਮਾਟੀ ਸਭ ਏਕਾ, ਸਭ ਏਕਾ ਜੋ ਸਬਾਈਆ, ਸਭ ਇੱਕਾ ਜੋਤ ਵਰਤੈ ਭਿੰਨ ਭਿੰਨ, ਨਾ ਰਲਈ ਕਿਸੇ ਦੀ ਰਲਾਈਆ। ਪਾਤਸ਼ਾਹ ਦਾ ਇੱਕ ਪਾਵਨ ਸ਼ਬਦ ਯਾਦ ਆ ਰਿਹਾ, ਕਹਿੰਦੇ ਨੇ ਜਿਸ ਤਰ੍ਹਾਂ ਬਾਜੀਗਰ ਡੰਕ ਵਜਾਈ, ਸਭ ਖਲਕ ਤਮਾਸ਼ੇ ਆਈ, ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੈ ਅਕੇਲਾ, ਤਥਾ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਕ ਦਿਖਲਾਈ, ਸਾਂਗ ਉਤਾਰ ਥਮਿਓ ਪਾਤਾਰਾ, ਤਵ ਏਕੋ ਏਕੰਕਾਰਾ, ਕਮਨ ਰੂਪ ਦਿਸ਼ਟੋ ਬਿਨਸਾਇਓ, ਕਤੈ ਗਇਓ ਉਹ ਕਤੇ ਆਇਓ, ਜਲ ਤੇ ਉਠੈ ਅਨਕ ਤਰੰਗਾ, ਕਨਕ ਭੂਖਣ ਕੀਨੇ ਕਰੰਗਾ।
ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕ ਅਹੰਕਾਰਾ, ਸਾਹਸ ਘਟਾ ਮੈਂ ਏਕ ਆਕਾਸ, ਘਟ ਫੂਟੇ ਤੇ ਉਈ ਪ੍ਰਗਾਸ। ਆਖਿਆ ਜੇ ਹਜ਼ਾਰ ਘੜਾ ਪਾਣੀ ਦਾ ਭਰ ਕੇ ਰੱਖ ਦਿਓ, ਹਰ ਘੜੇ ਵਿੱਚ ਵੇਖੋ ਤੁਹਾਨੂੰ ਇੱਕ ਆਕਾਸ਼ ਨਜ਼ਰ ਆਏ, ਪਰ ਜੇ ਘੜੇ ਤੋੜ ਦਿਓ ਤਾਂ ਫਿਰ ਆਕਾਸ਼ ਇੱਕੋ ਹੀ ਰਹਿ ਜਾਏ। ਇਸੇ ਤਰ੍ਹਾਂ ਬਾਜ਼ੀਗਰ ਜਦੋਂ ਬਾਜ਼ੀ ਪਾਉਂਦਾ ਹੈ, ਥੋੜ੍ਹੇ ਜਿਹੇ ਸਮੇਂ ਵਿੱਚ ਕਈ ਤਰ੍ਹਾਂ ਦੇ ਤਮਾਸ਼ੇ ਕਰਦਾ, ਕਈ ਰੂਪ ਧਾਰਨ ਕਰ ਲੈਂਦਾ, ਪਰ ਜਦੋਂ ਆਪਣੀ ਬਾਜ਼ੀ ਨੂੰ ਸਮੇਟ ਲੈਂਦਾ ਫਿਰ ਇਕੱਲਾ ਹੀ ਰਹਿ ਜਾਂਦਾ। ਰੋਜ਼ ਅਸੀਂ ਚੌਪਾਈ ਸਾਹਿਬ 'ਚ ਪੜ੍ਹਦੇ ਹਾਂ, ਜਬ ਉਦ ਕਰਖ ਕਰਾ ਕਰਤਾਰਾ, ਪਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਹੇ ਅਕਾਲ ਪੁਰਖ ਜੀ, ਜਦੋਂ ਤੁਸੀਂ ਆਪਣੀ ਉਦਕਰਖ ਸ਼ਕਤੀ ਦੀ ਵਰਤੋਂ ਕਰਦੇ ਹੋ, ਅਨੇਕਾਂ ਜੀਵ ਜੰਤ ਪੈਦਾ ਹੋ ਜਾਂਦੇ, ਪਰ ਕਿਸੇ ਦੀ ਕਿਸੇ ਨਾਲ ਸ਼ਕਲ ਨਹੀਂ ਰਲਦੀ, ਕਿਸੇ ਦਾ ਕਿਸੇ ਨਾਲ ਰੰਗ ਨਹੀਂ ਰਲਦਾ, ਕਿਸੇ ਦਾ ਕਿਸੇ ਨਾਲ ਰੂਪ ਨਹੀਂ ਰਲਦਾ, ਸਭ ਵੱਖ ਵੱਖ ਹਨ। ਸਭ ਇੱਕਾ ਜੋਤ ਵਰਤੈ ਭਿੰਨ ਭਿੰਨ, ਨਾ ਰਲਈ ਕਿਸੇ ਦੀ ਰਲਾਈਆ, ਕਿਸੇ ਦੇ ਰਲਾਇਆ ਰਲਦੀ ਨਹੀਂ, ਭਾਵ ਸਭ ਦੇ ਵੱਖ ਵੱਖ ਰੰਗ ਰੂਪ ਹਨ। ਬਿਰਖੈ ਹੇਠ ਸਭ ਜੰਤੇ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਸਭ ਦੇ ਸੁਭਾਅ ਵੱਖਰੇ ਨੇ, ਸਭ ਦੀਆਂ ਬੋਲੀਆਂ ਵੱਖਰੀਆਂ ਹਨ, ਪਰ ਜੋਤ ਸਾਰਿਆਂ ਵਿੱਚ ਇੱਕੋ ਹੈ। ਗੁਰਪ੍ਰਸਾਦੀ ਇੱਕ ਨਦਰੀ ਆਇਆ, ਹਉ ਸਤਿਗੁਰ ਵਿੱਚੋਂ ਬਿਤਾਇਆ ਜੀਉ। ਆਖਿਆ ਪਹਿਲਾਂ ਤਾਂ ਇਹ ਭਿੰਨਤਾ, ਇਹ ਵੱਖਰਾਪਨ ਸੀ, ਪਰ ਜਦੋਂ ਗੁਰੂ ਦੀ ਕਿਰਪਾ ਹੋਈ, ਜਦੋਂ ਗੁਰੂ ਦੇ ਗਿਆਨ ਨੂੰ ਸਮਝਿਆ, ਫਿਰ ਇੱਕ ਨਜ਼ਰੀ ਆਇਆ। ਇਸੇ ਲਈ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਪਿਆਰਿਓ ਰੋਜ਼ ਅਰਦਾਸ ਕਰਿਆ ਕਰੋ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸੱਚਮੁੱਚ ਜਦੋਂ ਗੁਰੂ ਦੀ ਕਿਰਪਾ ਹੋ ਜਾਏ, ਵੇਖੋ ਸਾਡੇ ਸਿੱਖ ਇਤਿਹਾਸ ਦੇ ਅੰਦਰ ਬੜੇ ਬੜੇ ਬ੍ਰਹਮ ਗਿਆਨੀ ਹੋਏ ਨੇ। ਭਾਈ ਕਨ੍ਹਈਆ ਜੀ ਦਾ ਨਾਮ ਹਮੇਸ਼ਾ ਲਿਆ ਜਾਂਦਾ, ਉਹਨਾਂ ਨੂੰ ਗੁਰੂ ਨੇ ਕਿਰਪਾ ਕਰਕੇ ਸੋਝੀ ਦੇ ਦਿੱਤੀ। ਵੇਖੋ ਅਮਨ ਵਿੱਚ ਤਾਂ ਇੱਕ ਦੀਆਂ ਗੱਲਾਂ ਕਰਨੀਆਂ ਸੌਖੀਆਂ ਲੱਗਦੀਆਂ ਨੇ, ਪਰ ਜੰਗ ਹੋ ਰਹੇ ਨੇ, ਗੋਲੀਆਂ ਬੰਦੂਕਾਂ ਚੱਲ ਰਹੀਆਂ ਨੇ, ਤੀਰਾਂ ਦਾ ਮੀਂਹ ਬਰਸ ਰਿਹਾ, ਪਰ ਭਾਈ ਕਨ੍ਹਈਆ ਜੀ ਸਾਰਿਆਂ ਦੇ ਅੰਦਰ ਇੱਕੋ ਜੋਤ ਵੇਖ ਕੇ ਸਭਨਾਂ ਦੇ ਮੂੰਹ ਵਿੱਚ ਪਾਣੀ ਪਾਉਂਦੇ ਨੇ। ਸ਼ਿਕਾਇਤ ਵੀ ਹੋਈ, ਜਵਾਬ ਤਲਬੀ ਵੀ ਹੋਈ, ਅਤੇ ਭਾਈ ਕਨ੍ਹਈਆ ਜੀ ਨੇ ਇੱਕੋ ਹੀ ਗੱਲ ਕਹੀ, ਸੱਚੇ ਪਾਤਸ਼ਾਹ ਮੈਂ ਤਾਂ ਜਿੱਥੇ ਵੀ ਜਿਸ ਮੂੰਹ ਵਿੱਚ ਪਾਣੀ ਪਾਇਆ ਤੁਹਾਡੇ ਦਰਸ਼ਨ ਹੀ ਕੀਤੇ ਨੇ। ਤੋ ਇਹ ਜਦੋਂ ਗੁਰੂ ਦੀ ਕਿਰਪਾ ਹੋਵੇ ਫਿਰ ਸਮਝ ਆ ਜਾਂਦੀ। ਤੋ ਗੁਰਪ੍ਰਸਾਦੀ ਇੱਕ ਨਦਰੀ ਆਇਆ, ਹਉ ਸਤਿਗੁਰੂ ਵਿੱਚੋਂ ਬਤਾਇਆ ਜੀਉ। ਮੈਂ ਐਸੇ ਸਤਿਗੁਰੂ ਜੀ ਤੋਂ ਕੁਰਬਾਨ ਜਾਂਦਾ, ਅਤੇ ਗੁਰੂ ਦੀ ਸੰਗਤ ਵਿੱਚ ਬਹਿ ਕੇ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ। ਇੱਥੇ ਜਨ ਦੇ ਨੰਨੇ ਨੂੰ ਵੀ ਔਂਕੜ, ਨਾਨਕ ਦੇ ਕੱਕੇ ਨੂੰ ਵੀ ਔਂਕੜ, ਇੱਥੇ ਰੁਕਣਾ ਨਹੀਂ। ਨਾਨਕ ਦਾਸ ਜੀ ਆਪਣੇ ਲਈ ਕਹਿ ਰਹੇ ਨੇ, ਮੈਂ ਤਾਂ ਭਾਈ ਹੁਣ ਸੰਗਤ ਵਿੱਚ ਮਿਲ ਕੇ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੈ ਮਨ ਪਿਆਰੀ ਬਾਣੀ। ਉਹ ਬਾਣੀ ਜੋ ਗੁਰਸਿੱਖਾਂ ਦੇ ਮਨ ਨੂੰ ਬੜੀ ਚੰਗੀ ਲੱਗਦੀ ਹੈ, ਬਾਣੀ ਮੈਨਾਂ ਪਾਉਂਦੀ ਹੈ, ਅਤੇ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀ ਆ ਜੀਉ। ਗੁਰੂ ਆਪ ਕਿਰਪਾ ਕਰਕੇ ਉਪਦੇਸ਼ ਕਰਦਾ, ਕਿਉਂਕਿ ਪੂਰੇ ਸਤਿਗੁਰੂ ਦਾ ਇਹ ਉਪਕਾਰ ਹੈ। ਇਹ ਸਾਡੇ ਵਰਗੇ ਭੁੱਲਣਾ ਨੂੰ, ਗਲਤ ਰਸਤੇ 'ਤੇ ਜਾਣ ਵਾਲਿਆਂ ਨੂੰ ਸਿੱਧੇ ਰਸਤੇ 'ਤੇ ਪਾਉਣਾ, ਇਹ ਗੁਰੂ ਦਾ ਪਰਉਪਕਾਰ ਹੈ। ਇਸੇ ਲਈ ਕਿਹਾ ਹੈ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈਏ ਆਏ, ਸਫਲ ਤਿਨਾ ਕਹਿ ਕਾਮਾ, ਮੇਰੇ ਰਾਮ
ਹਰ ਜਨ ਕਹਿ ਹੋ ਬਲ ਜਾਈ, ਕੇਸਾਂ ਕਹ ਕਰ ਚਬਰ ਠੁਲਾਵਾਂ, ਚਰਨ ਧੂੜ ਮੁਖ ਲਾਈ। ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਤਾਂ ਗੁਰੂ ਪੂਰੇ ਦਾ ਇਹ ਬਿਰਧ ਹੈ। ਜਦੋਂ ਕੋਈ ਗੁਰੂ ਪੂਰੇ ਦੀ ਸੰਗਤ ਵਿੱਚ ਆਏਗਾ, ਉਪਦੇਸ਼ ਕਰੇ, ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰੇ ਉਪਕਾਰੀ ਆ ਜੀਓ, ਕਿਉਂਕਿ ਗੁਰੂ ਸੱਚਾ ਗੁਰੂ ਪਰਉਪਕਾਰੀ ਹੈ। ਉਹ ਤਾਂ ਸਾਰੇ ਜੀਵਾਂ 'ਤੇ ਉਪਕਾਰ ਕਰਦੇ ਨੇ, ਭਲਾ ਕਰਦੇ ਨੇ। ਇਸੇ ਲਈ ਕਿਹਾ ਜਨ ਪਰੇ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਏਨ, ਹਰ ਸਿਉਂ ਲੈਣ ਮਿਲਾਏ। ਤੋ ਸਤਸੰਗ ਸ਼ਬਦ ਦੀ ਸਮਾਪਤੀ ਤੋਂ ਬਾਅਦ ਕੁਝ ਅੱਖਰ ਲਿਖੇ ਨੇ, ਸੱਤ ਚੌਪ ਦੇ ਮਹਿਲੇ ਚੌਥੇ। ਕੁਝ ਪ੍ਰਾਣੀ ਹੱਠ ਕਰਦੇ ਨੇ ਕਿ ਇਹਦਾ ਪਾਠ ਕਰਨਾ ਚਾਹੀਦਾ। ਮੁਬਾਰਕ ਹੈ, ਆਪਾਂ ਕਿਸੇ ਨਾਲ ਅੜਦੇ ਨਹੀਂ, ਲੜਦੇ ਨਹੀਂ, ਝਗੜਦੇ ਨਹੀਂ, ਪਰ ਇਹ ਸਿਰਫ ਚਾਰ ਅਤੇ ਸੱਤ ਦੀ ਵਿਆਖਿਆ ਹੈ ਕਿ ਹੁਣ ਤੀਕਰ ਇਹ ਚਾਰ ਪਦਿਆਂ ਵਾਲੇ ਸੱਤ ਸ਼ਬਦ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਨੇ, ਕਿਉਂਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਚਾਰ ਦਾ ਕੀ ਮਤਲਬ ਹੈ, ਸੱਤ ਦਾ ਕੀ ਮਤਲਬ ਹੈ। ਇਸ ਲਈ ਉਹਦੀ ਜਾਣਕਾਰੀ ਦਿੱਤੀ ਗਈ ਹੈ, ਪਾਠ ਦਾ ਹਿੱਸਾ ਨਹੀਂ। ਪਰ ਜੇ ਫਿਰ ਵੀ ਕੋਈ ਪ੍ਰੇਮੀ ਬੋਲਣਾ ਚਾਹੇ ਤਾਂ ਅਸੀਂ ਕਿਸੇ ਨੂੰ ਵਰਜਦੇ ਨਹੀਂ, ਕੋਈ ਪਾਪ ਵਾਲੀ ਗੱਲ ਨਹੀਂ, ਪਰ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਚਾਰ ਅਤੇ ਸੱਤ ਦਾ ਮਤਲਬ ਹੈ, ਸੱਤ ਚੌਪ ਦੇ ਮਹਿਲੇ ਚੌਥੇ ਕੇ। ਤੋ ਇਹਨਾਂ ਪਾਵਨ ਸ਼ਬਦਾਂ ਰਾਹੀਂ ਗੁਰੂ ਰਾਮਦਾਸ ਜੀ ਨੇ ਗੁਰੂ ਦੀ, ਪਰਮੇਸ਼ਵਰ ਦੀ, ਸਤ ਸੰਗਤ ਦੀ ਮਹਿਮਾ ਸਾਨੂੰ ਦੱਸ ਕੇ ਪ੍ਰੇਰਨਾ ਕੀਤੀ ਹੈ। ਆਵੋ ਭੈਣੇ, ਤੁਸੀਂ ਮਿਲੋ ਪਿਆਰੀਆਂ, ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹੋ ਵਾਰੀਆਂ। ਮਿਲ ਸਤ ਸੰਗਤ ਲੱਦਾ ਹਰ ਸੱਜਣ, ਹੋ ਸਤਿਗੁਰ ਵਿਟੋਂ ਕਮਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।